பக்தி தஸ்தே கோத்தாய்மார். ஷாயிருக்கேமே ரப்பா கேட்டு ஏ நாபத்த அல்லாதா கிலா நீக்கர்னா ரேனா உதய தர்வாதே தே ஆம் மன்னா அகர் பசுல்ஃபே தராதே தூ தஸ்தே மகனா தெரியா ஜுல்ஃபா தே பாத் லம்மியா ஓ நீ பாத் உச்சியா ஹத் நீ பைந்தா லம்மியா தே ஜே மேரா ஹத் நீ பௌஞ்சா குணாஹே பக்தே பரேஷான் தஸ்தே கோத்தாய்மார். ஹத் மேரா சோட்டா மேரா இனி ஹத் லம்மா ஜடா பை சகே ਤੇਰੀ ਤਰਫੋਂ ਕੋਈ ਸੁਣ ਤੂੰ ਕਿਸੇ ਨਾਲ ਜਾਤੀ ਕਰਕੇ ਕੀ ਲੈਣਾ ਤੇਰਾ ਕੋਈ ਵਿਗੜਿਆ ਜਿਹੜਾ ਤੂੰ ਸਮਾਰਨਾ ਹੈ ਇਸ ਤੋਂ ਖਾਜਾ ਮੋਇਨੁਦੀਨ ਚਿਸ਼ਤੀ ਰਾਮ ਤੁਲਾ ਫਰਮਾਉਂਦੇ ਆ ਤੌਹੀਦ ਦੀ ਬਾਤ ਆ ਗਈ ਤੌਹੀਦ ਕੋਈ ਸਮਝਦੇ ਸੀ ਇਹ ਨਿਹਰਾ ਇੱਕ ਰੌਲਾ ਵੀ ਅੱਲਾ ਇੱਕਿਆ ਤੇ ਐਂ ਬੁਲਾ ਅੱਲਾ ਨੂੰ ਪਹਿਚਾਣੋ ਸੀ ਕਿ ਦੁਨੀਆ ਬਣਾਉਣ ਤੋਂ ਬਾਅਦ ਇਹਨੂੰ ਚਲਾ ਰਿਹਾ ਇੱਕ ਪੱਤਾ ਵੀ ਉਹਦੀ ਇਜਾਜ਼ਤ ਤੋਂ ਬਗੈਰ ਨਹੀਂ ਹਿਲਦਾ ਅਤੇ ਇਜਾਜ਼ਤ ਉਹਦੀ ਜਿਹੜੀ ਮਬਨੀ ਪਰ ਹਿਕਮਤ ਹੈ ਕੋਈ ਉਹਨੇ ਫੈਸਲਾ ਗਲਤ ਨਹੀਂ ਕਰਨਾ ਜੇ ਕੋਈ ਖਾਮੀ ਹੈ ਕਸੂਰ ਤਾਂ ਆਪਣਾ ਲੱਭੋ ਉਹਨੂੰ ਠੀਕ ਕਰ ਲਓ ਖਾਜਾ ਸਾਹਿਬ ਫਰਮਾਉਂਦੇ ਆ ਹੈਰਾਨ ਤੇ ਆਇਦਾ ਤਸ ਗੈਬ ਨੇਕ ਬਦਮਬਰ ਇਹ ਫਾਰਸੀਆਂ ਪੜ੍ਹ ਕੇ ਅਤੇ ਅਰਬੀਆਂ ਪੜ੍ਹ ਕੇ ਮੈਨੂੰ ਰੱਬ ਨੇ ਤੋਹਫੀ ਕਿ ਮੈਂ ਦੀਵਾਨਾ ਹੋ ਗਿਆ ਕਿ ਇਹ ਲੋਕ ਜਿਹੜੇ ਇਹਨਾਂ ਨੇ ਕਿਵੇਂ ਮੋਤੀ ਪਰੋਸੇ ਫਰਮਾਉਂਦੇ ਆ ਹੈਰਾਨ ਤੇ ਆਇਦਾ ਤਸ ਗੈਬ ਨੇਕ ਬਦਮਾ ਨਿਗਰ ਅਗਰ ਪਰਦਾ ਗੈਬ 'ਚੋਂ ਅੱਲਾ ਦੀ ਤਰਫੋਂ ਕੋਈ ਦੁੱਖ ਤਕਲੀਫ ਆਉਂਦੀ ਨਾ ਹੈਰਾਨ ਤੇ ਆਇਦਾ ਤਸ ਗੈਬ ਪਰਦਾ ਗੈਬ 'ਚੋਂ ਜੋ ਕੁਛ ਵੀ ਆਉਂਦਾ ਇਹ ਰੱਫਣ ਨਾ ਪਾਇਆ ਕਿ ਨੇਕ ਬਦਮਾ ਨਿਗਰ ਉੱਥੇ ਨਾ ਵੇਖਣਾ ਸ਼ੁਰੂ ਕਰ ਦਿਆ ਚੰਗਾ ਤੇ ਆ ਮਾੜਾ ਇਹ ਤੌਹੀਦ ਕੋਈ ਨਹੀਂ ਇਹ ਨਾਬਤ ਕੋਈ ਨਾ ਤੂੰ ਤਾਂ ਰੱਬ ਦੀ ਸ਼ਿਕਾਇਤ ਕਰਨ ਲੱਗ ਪਿਆ ਉਹ ਦਰਮਿਆਨ ਸੀ ਅਮੀਰ ਮੋਮੀ ਅਲੀ ਇਬਨ ਅਬੀ ਤਾਲਬ ਰਜ਼ੀ ਨੂੰ ਯਾਦ ਆ ਗਿਆ ਲੋਕਾਂ ਨੇ ਪੁੱਛਿਆ ਤੌਹੀਦ ਕੀ ਹੈ ਫਰਮਾਇਆ ਤੌਹੀਦ ਅੱਲਾ ਤੋਂ ਤਵਾਹਮ ਹੋ ਤੌਹੀਦ ਇੰਨੀ ਹੈ ਵੀ ਆਪਣੇ ਵਹਿਮ ਖਿਆਲ ਤੋਂ ਦਾ ਕੋਈ ਨਕਸ਼ਾ ਨਾ ਲਿਆ ਜੇ ਤੂੰ ਕੁਛ ਸੂਰਤ ਕਰਨ ਲੱਗ ਪਈ ਇਹ ਬੁੱਤ ਆ ਉਹ ਵਹਿਮੋ ਗੁਮਾਨੋ ਪਰੇ ਇਹ ਜਿਹਨੂੰ ਛੁੜੀ ਫਿਰ ਵੀ ਅਕਲ ਨਾ ਬਣਾਇਆ ਨਾ ਰੱਬ ਇੱਦਾਂ ਦੇ ਹੱਥ ਪੈਰਾਂ ਬੈਠਾ ਖੁਦਾ ਨਾ ਰਿਹਾ ਵਹਿਮ ਜੋ ਆ ਗਿਆ ਖਿਆਲ ਤਾਂ ਗੱਲਾਂ ਨਹੀਂ ਹੋ ਸਕਦਾ ਤੌਹੀਦ ਇਹ ਆ ਕਿ ਉਹਦੇ ਬਾਰੇ 'ਚ ਕੋਈ ਖਿਆਲ ਨਾ ਦੌੜਾ ਅਤੇ ਦੂਸਰੇ ਪਾਸੇ ਫਰਮਾਇਆ ਜਿਹੜੀ ਰਜ਼ਾ ਹੈ ਖੁਸ਼ ਹੋਣਾ ਵਰ ਰਜ਼ਾ ਅੱਲਾ ਤੱਤਾ ਹੈ ਅੱਲਾ 'ਤੇ ਕੋਈ ਤੋਹਮਤ ਨਾ ਲਾਈ ਉੱਥੇ ਕੋਈ ਧੱਬਾ ਨਾ ਲਾ ਦੇਈ ਕਿ ਕੰਮ ਖੁਦਾ ਨੇ ਕੀ ਕੀਤਾ ਕਿਉਂ ਮੇਰਾ ਜਵਾਨ ਬੱਚਾ ਮਰਤਾ ਕਿਉਂ ਮੇਰੇ ਕਾਰੋਬਾਰ ਨੂੰ ਫਰਮਾਇਆ ਬਸ ਬੇੜਾ ਗਰਕ ਹੋ ਗਿਆ ਖੁਦਾ ਗਲਤ ਹੋ ਗਿਆ ਤੂੰ ਠੀਕ ਹੋ ਗਿਆ ਕਿਹੜਾ ਈਮਾਨ ਤੇਰਾ ਉਹ ਕਲਬੇ ਮੁਨੀਦ ਕਿੱਥੇ ਰਿਹਾ ਜਿਹੜਾ ਆਉਂਦਾ ਲੈ ਕੇ ਆਓਗੇ ਨਾ ਮੇਰੀ ਅਦਾਲਤ ਕਿ ਦੁੱਖ ਵੀ ਆਏ ਸੁੱਖ ਵੀ ਆਏ ਮਗਰ ਤੁਹਾਡਾ ਦਿਲ ਮੇਰੇ ਤੋਂ ਨਹੀਂ ਫਿਰਿਆ ਤੁਸੀਂ ਆਖਿਆ ਠੀਕ ਕਰ ਤੋ ਖਾਜਾ ਸਾਹਿਬ ਫਰਮਾਉਂਦੇ ਹੈਰਾਨ ਤੇ ਆਇਦਾ ਤਸਗੈਬ ਤੇਰੇ ਤੇ ਆਲਮੇ ਗੈਬ ਤੋਂ ਜੋ ਕੁਛ ਵੀ ਆਉਂਦਾ ਨੇਕ ਬਦ ਮਨ ਕਰ ਅੱਛਾ ਬੁਰਾ ਨਾ ਵੇਖਿਆ ਕਰ ਕਿ ਸੁੱਖ ਆ ਤਾਂ ਦੁੱਖ ਆ ਹਮੀ ਬਸਤ ਕਿਆ ਦੋਸਤ ਨਹੀਂ ਆਇਆ ਅੱਲਾ ਇੰਨਾ ਹੀ ਬੜਾ ਕਿ ਉਹ ਯਾਰ ਦੀ ਤਰਫੋਂ ਆ ਰਿਹਾ ਕਿਸੇ ਦੁਸ਼ਮਣ ਦੀ ਤਰਫੋਂ ਨਹੀਂ ਆ ਰਿਹਾ ਸੱਜਣ ਉਤਾਰ ਰਿਹਾ ਔਰ ਸੱਜਣ ਦਾ ਕੰਮ ਜਿਹੜਾ ਉੱਤੇ ਨਾਰਾਜ਼ ਨਹੀਂ ਆ ਜਾਣਾ ਮੈਨੂੰ ਯਾਦ ਆ ਗਿਆ ਸੀ ਕੈਸਾ ਸਾਹਬੀ ਹੈ ਰਸੂਲ ਨਾਂ ਨਹੀਂ ਰੱਖਦੇ ਲੋਕ ਜ਼ਾਹਿਰ ਜ਼ੋਇਨਾ ਨਹੀਂ ਜ਼ੇਨ ਬਾਕੀ ਉਸੇ ਤਰ੍ਹਾਂ ਹੀ ਜਿਵੇਂ ਜ਼ਾਹਿਰ ਲਿਖੀਦਾ ਜ਼ੇਨ ਜ਼ਾਹਿਰ ਜਿਸ ਤਰ੍ਹਾਂ ਹਜ਼ਰਤ ਫਾਤਮਤ ਜ਼ਹਰਾ ਜ਼ਾਹਿਰ ਚੰਗਾ ਹੀ ਆਦਮੀ ਸੀ ਹਜ਼ੂਰ ਅਲੈਹਿ ਸਲਾਮ ਬੜਾ ਪਿਆਰ ਕਰਦੇ ਸੀ ਉਹਨੇ ਆਉਣਾ ਬਦਵੀ ਨੇ ਹਜ਼ੂਰ ਨੇ ਆਖਣਾ ਹੋਇਆ ਸਾਡਾ ਦਿਹਾਤੀ ਹੈ ਯਾਰ ਹੈ ਸਾਡਾ ਇੱਕ ਦਿਨ ਬਾਜ਼ਾਰ 'ਚ ਬੈਠਾ ਸੀ ਨਬੀ ਅਲੈਹਿ ਸਲਾਮ ਪਿੱਛੋਂ ਆਏ ਹਜ਼ੂਰ ਨੇ ਆ ਕੇ ਜੱਫਾ ਮਾਰ ਲਿਆ ਉਹਨੇ ਨਹੀਂ ਵੇਖਿਆ ਆਪਣੇ ਕੁੱਟਿਆ ਉਹ ਬਤੇਰਾ ਛੁੜਾਉਂਦਾ ਛੁੜਾਉਂਦਾ ਰਿਹਾ ਆਪਣੇ ਹੋਰ ਜ਼ਿਆਦਾ ਦਬਾਇਆ ਮੁੜ ਕੇ ਉਹਨੂੰ ਪਤਾ ਚੱਲ ਗਿਆ ਅਤੇ ਜਦੋਂ ਆਪਨੇ ਐਲਾਨ ਕੀਤਾ ਹੈ ਕੋਈ ਜਿਹੜਾ ਇਸ ਗੁਲਾਮ ਨੂੰ ਖਰੀਦਤਾ ਆਪਨੇ ਮੁਨਾਦੀ ਕੀਤੀ ਕਿਸੇ ਨੇ ਗੁਲਾਮ ਖਰੀਦਣਾ ਖੁਸ਼ ਕਰ ਲਈ ਦਿਲ ਉਹਨੇ ਪਹਿਚਾਣ ਲਿਆ ਅਤੇ ਨਾਲੇ ਤਾਂ ਆਪਣਾ ਆਪ ਬਹੁਤਾ ਰਗਣ ਲੱਗ ਪਿਆ ਅੱਗੇ ਤਾਂ ਛੁੱਟਣ ਦੀ ਕੋਸ਼ਿਸ਼ ਕਰਦਾ ਨਾ ਹੁਣ ਰਗਣ ਲੱਗ ਪਿਆ ਅਤੇ ਨਾਲ ਕਹਿਣ ਲੱਗਾ ਯਾਰ ਤੁਹਾਡਾ ਇਹ ਗੁਲਾਮ ਬੜਾ ਨਿਕੰਮਾ ਇਹਦੀ ਕਿਹੜੀ ਕੋਈ ਕੀਮਤ ਪੈਣੀ ਹੈ ਸਾਦਾ ਜਿਹਾ ਪੇਂਡੂ ਆਦਮੀ ਕਹਿਣ ਲੈਣਾ ਹਜ਼ੂਰ ਨੇ ਫਰਮਾਇਆ ਜ਼ਾਹਿਰ ਤੂੰ ਲੋਕਾਂ ਦੀ ਨਜ਼ਰ ਬਹੁਤ ਸਸਤਾ ਖੁਦਾ ਦੀ ਨਿਗਾਹ 'ਚ ਬਹੁਤ ਕੀਤੀ ਤੂੰ ਅੱਲਾ ਦੇ ਰਸੂਲ ਮੁਹੱਬਤ ਰੱਖ ਤੇਰੇ ਮੁੱਲ ਦਾ ਪਤਾ ਚੱਲਦਾ ਲੱਗਣਾ ਤੋ ਇਸ ਤੋਂ ਫਰਮਾਉਂਦੇ ਤੂੰ ਇਹ ਕਿਹੜੇ 'ਚ ਰਖਫਟ ਪੈ ਜਾਣਾ ਇੱਦਾਂ ਕਿਉਂ ਹੋਈ ਅਤੇ ਇੱਦਾਂ ਕਿਉਂ ਇਹੋ ਜਿਹਾ ਕੁਫਰ ਹੈ ਕਲਬੇ ਮੁਨੀਬ ਕਿੱਥੇ ਰਿਹਾ ਹੈਰਾਨ 'ਚ ਆਇਆ ਦਾ ਤਦ ਗੈਬ ਨੇਕ ਬਦਮਾ ਨਿਗਰ ਜੋ ਕੁਛ ਗੈਬ 'ਚੋਂ ਆਉਂਦਾ ਉਹਨੂੰ ਅੱਛਾ ਬੁਰਾ ਨਾ ਕਿਆ ਕਰ ਹਮੀ ਬਤਸਤ ਇਹ ਸਮਝੋ ਗੱਲ ਸੌਖੀ ਨਹੀਂ ਇਹ ਬੜੀ ਔਖੀ ਹੈ ਮਗਰ ਇਹ ਪੱਲੇ ਬੰਨ੍ਹਣੀ ਪੈਣੀ ਮੈਨੂੰ ਵੀ ਤੁਹਾਨੂੰ ਇਸ ਤੋਂ ਬਗੈਰ ਤੌਹੀਦ ਨਹੀਂ ਇਹ ਤਾਂ ਖੁਦਾ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਹੈਂ ਹਮੀ ਬਤਸਤ ਕਿਆ ਦੋਸਤ ਮਿਆਏ ਇੰਨਾ ਹੀ ਕਾਫੀ ਆ ਕਿ ਉਹ ਸੁੱਖ ਆਇਆ ਭਾਵੇਂ ਦੁੱਖ ਆਇਆ ਕਿਹਦੀ ਤਰਫੋਂ ਯਾਰ ਦੀ ਤਰਫੋਂ ਯਾਰ ਦਬਾ ਰਿਹਾ ਸੀ ਜ਼ਾਹਿਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਉਹਨੇ ਬੁਰਾ ਫਿਰ ਮਨਾਇਆ ਫਿਰ ਆਪ ਤੱਕ ਨਾਰ ਰਗਣ ਲੱਗ ਪਿਆ ਕਹਿੰਦੇ ਯਾਰ ਤੁਰਾ ਹੋਰ ਕੁੱਟੋ ਉੱਥੇ ਫਿਰਮਾਉਂਦੇ ਆ ਅਸੀਂ ਮਸਾਹਿਬ ਦੌਰਾਂ ਮਨਾ ਲਓ ਸ਼ਾਦਾਂ ਬਾਰ ਅੱਲਾ ਖਾਜਾ ਮੋਹੀਦੀਨ ਸ਼੍ਰੀ ਰਹਿਮਤੁਲਾ ਅਲੈਹ ਤੇ ਬੇਸ਼ੁਮਾਰ ਰਹਿਮਤਾਂ ਕਰੇ ਅਸੀਂ ਮਸਾਹਿਬ ਦੌਰਾਂ ਸਾਰਾ ਰੱਫੜਾ ਹੋਇਆ ਯਾਰ ਉਹਨੇ ਇਹ ਕੀ ਹੋ ਗਿਆ ਘਾਟਾ ਕਾਰੋਬਾਰ ਨਹੀਂ
ਅਸੀਂ ਮਸਾਹਿਬ ਦੌਰਾਂ ਮਨਾ ਲਓ ਸ਼ਾਦਾਂ ਬਾਜ਼। ਇਹ ਦੁਨੀਆਂ ਜਿਹੜੀਆਂ ਤਕਲੀਫਾਂ ਆਉਂਦੀਆਂ, ਜ਼ਮਾਨੇ ਜਿਹੜੇ ਮੁਸੀਬਤਾਂ ਆਉਂਦੀਆਂ, ਇਹਨਾਂ ਤੋਂ ਰੋਇਆ ਨਾ ਕਰ, ਖੁਸ਼ ਹੋਇਆ ਕਰ ਅਤੇ ਨੱਚਦਾ ਟੱਪਦਾ ਰਿਹਾ ਕਰ। ਹੈਂ ਅਸੀਂ ਮਸਾਹਿਬ ਦੌਰਾਂ ਮਨਾ ਲਓ ਸ਼ਾਦਾਂ ਬਾਜ਼, ਕਿ ਤੀਰੇ ਦੋਸਤ ਬਾ ਪਹਿਲੂ ਹੈ ਦੋਸਤ ਨੇ, ਯਾਰ ਯਾਰ ਦਾ ਹੀ ਤੀਰ ਹੈ ਅਤੇ ਯਾਰ ਦੇ ਹੀ ਪਹਿਲੂ ਜਾ ਰਿਹਾ। ਹੈਂ ਉਹ ਵੀ ਯਾਰ ਹੈ ਅਤੇ ਤੂੰ ਵੀ ਉਹਦਾ ਯਾਰ ਬਣਿਆ, ਪਤਾ ਯਾਰ ਯਾਰ ਨੂੰ ਜ਼ਰਾ ਛੇੜਦਾ ਚੂੰਡੀ ਵੱਢਦਾ ਅਤੇ ਖੁਸ਼ ਹੋ ਜਾ। ਪੁੱਛੋ ਗੰਜਣਾ ਦੀ ਯਾਰੀਆਂ ਇਹੋ ਜਿਹੀਆਂ, ਉਹ ਬੁਰਾ ਮਨਾਉਣਗੇ? ਉਹਦਾ ਕਿ ਯਾਰ ਮਜ਼ਾ ਹੀ ਹੋਣਾ ਗਿਆ। ਅੱਲਾ ਚੂੰਡੀ ਵੱਢੇ ਅਤੇ ਬੰਦਾ ਰੋਣਾ ਸ਼ੁਰੂ ਕਰ ਦੇ, ਨਹੀਂ ਮੁਨੀਬ ਨਹੀਂ, ਰੱਬ ਦਾ ਨਾ ਪਤਾ ਲੱਗਾ। ਤਾਂ ਅਲੀ ਅਲੈਹਿਸ ਸਲਾਮ ਨੇ ਵਰਮਾਇਆ, ਅੱਲਾ ਦੀ ਤੌਹੀਦ ਹੈ ਕਿ ਉਹਦੇ ਬਾਰੇ 'ਚ ਵਹਿਮ ਖਿਆਲ ਦੌਰਾਨੇ ਛੱਡ, ਅਤੇ ਖੁਦਾ 'ਤੇ ਰਾਜ਼ੀ ਰਹਿਣ ਦਾ ਤਕਾਜ਼ਾ ਹੈ ਕਿ ਉੱਤੇ ਤੋਹਮਤ ਨਾ ਲਗਾ, ਕਦੀ ਬਹੁਤਾਨ ਨਾ ਲਗਾ ਕਿ ਅੱਲਾ ਨੇ ਗਲਤ ਕੀਤਾ, ਅੱਲਾ ਨੂੰ ਨਹੀਂ ਸੀ ਐਸਾ ਕਰਨਾ ਚਾਹੀਦਾ। ਤਾਂ ਅੱਲਾ ਦੇ ਰਸੂਲ ਅਲੈਹਿ ਸਲਾਮ ਦੇ ਬਾਰੇ ਜਦੋਂ ਪੜ੍ਹੀਦਾ, ਨਮਾਜ਼ਾਂ ਮੇਰੀਆਂ ਤੁਹਾਡੀਆਂ ਵੀ ਆ, ਮਗਰ ਹਜ਼ਰਤ ਅਨਸ ਰਜ਼ੀ ਅੱਲਾ ਫਰਮਾਉਂਦੇ, ਕਦੀ ਅੱਲਾ ਦੇ ਰਸੂਲ ਅਲੈਹਿ ਸਲਾਮ ਨਮਾਜ਼ ਦੇ ਦੌਰਾਨ ਸੀ, ਇਹ ਰੱਟੀਆਂ ਨਮਾਜ਼ਾਂ ਛੱਡ ਦਿਓ, ਇੰਨਾ ਚਿਰ ਹੋ ਗਿਆ ਤੁਹਾਨੂੰ ਮੇਰੇ ਕੋਲ ਆਉਂਦਿਆਂ, ਖੁਦਾ ਦਾ ਨਾਮ ਨੂੰ ਬਦਲ ਬਦਲ ਕੇ ਰਕੂ ਚਰ ਸਜਦਿਆਂ ਔਰ ਖੜੇ ਲਫ਼ਜ਼ ਬਦਲ ਕੇ ਰੋਂਦੇ ਨੇ, ਇਹ ਵੀ ਪਾਬੰਦੀ ਕੋਈ ਨਹੀਂ, ਜੋ ਹਦੀਸ ਚੋਣ ਸਾਹਬਾ ਕਰਾਮ ਕੋਈ ਪਰਵਾਹ ਨਹੀਂ ਸੀ ਕਰ, ਜੋ ਕੁਝ ਦਿਲ 'ਚ ਆਉਂਦਾ ਸੀ ਪੜ੍ਹੀ ਜਾਂਦੇ ਸੀ, ਤਦੇ ਉਹਨਾਂ ਦੀਆਂ ਨਮਾਜ਼ਾਂ ਜਾਨਦਾਰ। ਤਾਂ ਹਜ਼ਰਤ ਅਨਸ ਰਜ਼ੀ ਅੱਲਾ ਫਰਮਾਉਂਦੇ ਸਹੀ ਬੁਖਾਰੀ ਕਿ ਰਕੂ 'ਚ ਉੱਠ ਕੇ ਕਈ ਵਾਰੀ ਅੱਲਾ ਦੇ ਰਸੂਲ ਅਲੈਹਿ ਸਲਾਮ ਇੰਨੀ ਦੇਰ ਖੜ੍ਹੇ ਰਹਿੰਦੇ ਅਤੇ ਸਾਨੂੰ ਇਹ ਖਿਆਲ ਹੋ ਜਾਂਦਾ ਵੀ ਆਪ ਕਿਸੇ ਵਹਿਮ 'ਚ ਪੈ ਗਏ, ਬਿਲਕੁਲ ਨਮਾਜ਼ ਭੁੱਲ ਗਈ ਹੈ, ਇਹ ਤਾਂ ਆਪ ਕੋਈ ਉਧਰ ਆਉਂਦੇ ਹੀ ਨਹੀਂ, ਨਮਾਜ਼ ਹੀ ਜਿਹੜੀ ਉਹਦਾ ਖਿਆਲ ਹੀ ਕੋਈ। ਤਾਂ ਰਸੂਲ ਕਰੀਮ ਅਲੈਹਿ ਸਲਾਮ ਨੇ ਜੋ ਪੜ੍ਹੀਆਂ ਉਹ ਵੀ ਕਈ ਸਰ ਤੱਕ ਪਹੁੰਚ ਗਈਆਂ। ਲੋਕਾਂ ਨੇ ਪੁੱਛਿਆ ਪਹਿਲਾਂ ਦੇ ਰਸੂਲ ਕੀ ਹੈ ਜਿਹਨਾਂ 'ਚ ਇਹ ਨਮਾਜ਼ 'ਚ ਵੀ ਆਪਣੇ ਪੜ੍ਹੀ ਹੈ, ਨਮਾਜ਼ੋਂ ਬਾਅਦ ਹੀ ਪੜ੍ਹੀ, ਇਹ ਵੀ ਬਿਹਤਰੀਨ ਕਲਮਾ। ਔਰ ਖੁਦ ਅੱਲਾਹ ਦੇ ਰਸੂਲ ਅਲੈਹਿ ਸਲਾਮ ਇਹਨੂੰ ਹੱਕ ਹੋ ਕਿਹਾ ਕਿ ਇਨਸਾਨ ਆਪਣੀ ਜ਼ੁਬਾਨ 'ਚੋਂ ਜੋ ਕੁਛ ਕੱਢਦਾ, ਇਹ ਤੋਂ ਬਿਹਤਰ ਕਲਮਾ ਇਨਸਾਨ ਨੇ ਆਪਣੀ ਜ਼ੁਬਾਨ 'ਚੋਂ ਕੁਛ ਨਹੀਂ ਕੱਢਿਆ, ਇਹ ਬਿਹਤਰੀਨ ਕਲਮਾ। ਗੁੰਮ ਹੋ ਜਾਂਦਾ ਹੱਕ ਕਿਹਾ ਇਹਨੂੰ, ਬਾਕੀ ਨਿਰੇ ਹੱਕ ਹੀ ਆ ਕਿ ਠੀਕ, ਇਹਨੂੰ ਹੱਕ ਕਿ ਹੱਕੋਂ ਵੀ ਗਾਂ ਜਿਹੜਾ ਸਭ ਤੋਂ ਸੱਚਾ ਨਾ ਉਹ ਇਹ ਕਲਮਾ। ਫਰਮਾਉਂਦੇ ਅਨਬੀ ਸਈਦ ਅਲ ਖੁਦਰੀ, ਇਹ ਸਹੀ ਮੁਸਲਮ ਹੈ ਮੇਰੇ ਸਾਹਮਣੇ, ਕਾਲਾ ਕਾਨਾ ਰਸੂਲ ਉੱਲਾ ਸਲਸਲਮ ਇਜ਼ਾ ਰਫਾ ਰਾਸ ਮਿਨ ਰਕੂ ਕਾਲਾ, 190 ਸਫ਼ਾ ਪਹਿਲੀ ਜਿਲਦ ਨਾਲ ਹੀ ਮੁਸਲਮ ਸ਼ਰੀਫ ਥੱਲੇ 90, ਜਦੋਂ ਰਕੂਆਂ ਸਰ ਉਠਾਉਂਦੇ, ਕਾਲਾ ਰੱਬਨਾ ਲਕਲ ਹਮ, ਮੇਰੇ ਆਕਾ ਮੇਰੇ ਰੱਬ, ਹਮਦ ਅਸਲ ਤੇਰੀ, ਬਾਕੀਆਂ ਦੀਆਂ ਤਾਰੀਫਾਂ ਦਾ ਮੈਂ ਜਾਲੀ ਹੈ, ਹਮਦ ਦੇ ਲਾਇਕ ਤੂੰ ਆ ਜਿਹੜਾ ਜੋ ਕੋਈ ਕਰਦਾ ਠੀਕ, ਮਿਲ ਅਸਮਾਵਾਤ, ਤੇਰੀ ਇੰਨੀ ਹਮਦ ਆ ਜਿਹਦੇ ਨਾਲ ਅਸਮਾਨ ਭਰ ਜਾਣ। ਸਾਰੀ ਉਮਰ ਵੀ ਲੱਗਾ ਰਿਹਾ ਤਾਂ ਅਸਮਾਨ ਭਰਨ ਜੋਗਿਆ ਸੀ, ਪੜ੍ਹ ਸਕਦੇ ਨਹੀਂ, ਜੋਸ਼ ਨਾ ਕਹਿ ਰਹੇ, ਮਿਲ ਅਸਮਾਵਾਤ, ਅਸਮਾਨ ਭਰ ਜਾਣ, ਇੰਨੀ ਹਮਦ, ਮਿਲ ਲਰਦ, ਜ਼ਮੀਨ ਭਰ ਜਾਏ, ਵਾ ਮਿਲਾ ਮਾ ਸ਼ੇ ਤਮਿਨ ਵਾ ਮਾ ਬੈਨ ਹਮਾ, ਇਹਨਾਂ ਦੋਵਾਂ ਦੇ ਦਰਮਿਆਨ ਦੀ ਜਗ੍ਹਾ ਵੀ ਭਰ ਜਾਏ, ਵਾ ਮਿਲਾ ਮਾ ਸ਼ੇ ਤਮਿਨ ਸਾਹਿਬਾ, ਅੱਗੇ ਹੋ ਗਈ ਬਸ ਦੇ ਆਖਿਆ, ਇਸ ਤੋਂ ਅੱਗੇ ਵੀ ਇਸ ਤੋਂ ਇਲਾਵਾ ਹੋਰ ਜਿੰਨੀ ਤੂੰ ਚਾਹੁੰਦਾ ਉਹ ਨਹੀਂ ਤੇਰੀ ਹਮ। ਹੈਂ ਆਸਮਾਨ ਪੁਰ, ਜ਼ਮੀਨਾਂ ਪੁਰ, ਦਰਮਿਆਨ ਦਾ ਖਰਾਬ ਪੁਰ, ਅਤੇ ਇਸ ਤੋਂ ਅੱਗੇ ਹੋਰ ਜਿੰਨੀ ਚਾਹੁੰਦਾ। ਅਤੇ ਅੱਗੇ ਫਿਰ ਸ਼ੁਰੂ ਕੀਤਾ ਅਹਲ ਸਨਾਏ ਵੱਲ ਮਜ, ਤਾਰੀਫ ਦੇ ਲਾਇਕ ਔਰ ਬਜ਼ੁਰਗੀ ਔਰ ਇਕਤਦਾਰ ਦਾ ਮਾਲਿਕ ਤੂੰ ਆ, ਨਾ ਹੋਰ ਕਿਹਾ ਤਾਰੀਫ ਬਣਦੀ ਹੈ। ਹੈਂ ਕਿਸੇ 'ਚ ਅਗਰ ਕੋਈ ਖੂਬੀ ਹੈ ਕਿਹਨੇ ਦਿੱਤੀ ਹੈ, ਔਰ ਬਣਾਉਣ ਵਾਲੇ ਨੂੰ ਪਹਿਚਾਣੋ ਜਿਹਨੇ ਉਹ ਖੂਬੀ ਦਿੱਤੀ, ਇਹਦੀ ਕਾਹਦੀ ਤਾਰੀਫ, ਕੋਈ ਪੇਂਟਿੰਗ ਅੱਛੀ ਆ ਪੇਂਟਰ ਦਾ ਕਮਾਲ, ਅਹਲ ਸਨਾਏ ਵੱਲ ਮਜ, ਤੂੰ ਖੂਬੀਆਂ ਤਾਰੀਫ ਦਾ ਮਾਲਿਕ ਆ, ਤੇਰੀ ਅਜ਼ਮਤ ਰਸਲ ਬਾਦਸ਼ਾਹੀ ਰਸਲਤਨਤ, ਲਾ ਮਾਨ ਵਾਲੇ ਮਾ ਤੈ ਤਾ ਵਲਾ ਮੋਤ ਵਾਲੇ ਮਾ ਮਨਾ ਤਾ ਵਲਾ ਜਨ ਫਜ਼ਲ ਦਿਲ ਮਨ ਕਰ ਜਾ। ਇਹ ਕਲਮਾ ਸ਼ਿਰਕ ਨੂੰ ਅੱਜ ਤੋਂ ਦਿਲ 'ਚੋਂ ਕੱਢ ਦਿਓ ਕਿ ਜੋ ਕੁਛ ਤੂੰ ਦੇਣਾ ਚਾਹਵੇਂ ਕੋਈ ਰੋਕ ਨਹੀਂ ਸਕਦਾ, ਤੇਰਾ ਇਰਾਦਾ ਹੋ ਜਾਵੇ ਇਹਨੂੰ ਦੇਣਾ, ਲਾ ਮਾਨ ਵਾਲੇ, ਇੱਥੇ ਨਾ ਕੋਈ ਨਬੀ ਹੈ ਅਤੇ ਨਾ ਕੋਈ ਵਲੀ ਹੈ ਅਤੇ ਨਾ ਫਰਿਸ਼ਤਾ, ਲਾ ਮਾਨ ਵਾਲੇ ਮਾ ਤੈ, ਜਦੋਂ ਤੂੰ ਦੇਣਾ ਚਾਹੇ ਕੋਈ ਰੋਕ ਨਹੀਂ ਸਕਦਾ, ਵਲਾ ਮੋਤ ਵਾਲੇ ਮਾ ਮਨਾ, ਔਰ ਜਦੋਂ ਤੂੰ ਨਾ ਦੇਣਾ ਚਾਹੇ ਰੋਕ ਲੈ ਕੋਈ ਦੇ ਨਹੀਂ ਸਕਦਾ, ਵਲਾ ਯਨਫਜ਼ਲ ਜਦ ਦੇ ਮਨ ਕਰ ਜਦ, ਅਤੇ ਕੋਈ ਜਦ ਵਾਲਾ ਜਿਹੜਾ ਉਹਨੂੰ ਜਦ ਜਿਹੜੀ ਫਾਇਦਾ ਨਹੀਂ ਦੇ ਸਕੇ। ਜਦ ਦਾ ਲਫ਼ਜ਼ ਬੋਲਿਆ ਜਿਹੜੇ ਬਾਪ ਦਾਦੇ ਵੀ ਆਉਂਦੇ, ਜਦ ਦਾ ਮਾਨਾ ਬਾਪ ਦਾਦੇ ਵੀ, ਇਸ ਤੋਂ ਕੋਈ ਕਿਸੇ ਨਸਲ